हाँ जी मित्रों, इस बाई ने अपने घर च बई अजिहा जुगाड़ लाया, कहिंदे घर च सप नहीं एंटर करता, कोई भी तरह का कीड़ा मकौड़ा है कहिंदे एंटर नहीं करता। की ओह जुगाड़ है, किवें ओह काम करता है, आपां सारा दिखावांगे किन्ना उहदे खर्चा आउंदा है, क्योंकि सप्पां दी दिक्कत है जिहड़ी सारिआं नूं आउंदी है, घर खेतां च हुंदे है जां वैसे भी पिंडां च भी सप एंटर कर जांदे है। आज आपां करवाउंदे हां बाई नाल गल। बाई ਕਿਵੇਂ ਹੋ ਬਾਈ? ਠੀਕ ਹੈ ਬਾਈ, ਵਧੀਆ। ਹੁਣ ਤੁਸੀਂ ਸਾਨੂੰ ਬਾਈ ਜੁਗਾੜ ਦਿਖਾਓ, ਕੀ ਸਿਸਟਮ ਤੁਸੀਂ ਸੈੱਟ ਕਰਿਆ ਵੀ ਜਿਹਦੇ ਨਾਲ ਸੱਪਾਂ ਦਾ ਆਉਣਾ ਮਤਲਬ ਕਿ ਘੱਟ ਜਾਂਦੇ, ਬੰਦ ਹੀ ਮੈਂ ਸੱਪ ਨਹੀਂ ਆਉਂਦਾ ਹੈ। ਹਾਂ ਬਾਈ, ਕੁਛ ਵੀ ਨਹੀਂ ਆਉਂਦਾ। ਅੱਛਾ ਜੀ, ਹਾਂ ਕੋਈ ਵੀ ਜਾਨਵਰ ਵੜਦਾ ਨਹੀਂ? ਯਾਰ ਕਹਿਣਾ ਮਤਲਬ ਕੋਈ ਕੀੜਾ ਮਕੌੜਾ ਅਸਲੀ 100% ਤਾਂ ਉਹ ਵਿੱਚ ਚੂਹਾ ਵੀ ਨਾ ਨਹੀਂ ਤੁਸੀਂ ਆਉਂਦਾ। ਬਾਈ ਡਾਂਗ ਡੂੰਗ ਰੱਖ ਲਈ ਹੋਣੀ, ਹੋਰ ਤਾਂ ਕੀ ਰੱਖ ਨਾ ਸਕਦੇ ਯਾਰ? ਨਾ ਬਾਈ, ਕੋਈ ਡਾਂਗ ਨਾ ਕੋਈ ਹਾਂ ਕੁਛ ਵੀ ਚੀਜ਼ ਹੈ, ਤੈਨੂੰ ਦਿਖਾਵਾਂਗੇ ਕੋਈ। ਮੈਂ ਆ ਤਾਂ ਦੇਖ ਇਹ ਕੁਛ ਕੁਛ ਲੱਗਦਾ ਨਹੀਂ ਵੀ ਕੋਈ ਆ ਤੁਸੀਂ ਬਾਈ ਰੱਖ ਤੇਰੇ ਸਕਦੇ ਸਾਹਮਣੇ ਹੋ। ਦੇਖ ਲਾ ਆਹ ਕਮਰਾ ਹੈ, ਠੀਕ ਹੈ, ਅੱਛਾ ਆਪਣਾ ਇਹ ਕਮਰਾ, ਕਮਰੇ 'ਚ ਦੇਖ ਲਾ ਕੋਈ ਆਹ ਡਾਂਗ ਕਮਰੇ 'ਚ ਯਾਰ ਬਾਈ ਕੁਛ ਹੈ ਤਾਂ ਨਹੀਂ, ਤੁਸੀਂ ਸੱਪ ਕਿਵੇਂ ਰੋਕੋਗੇ ਯਾਰ ਬਾਈ ਬਾਈ? ਦੇਖ ਲਾ, ਡਾਂਗ ਡੂੰਗ ਹੋਣੀ ਰੱਖੀ ਹੋਏ ਨਾ ਬਾਈ। ਕੋਈ ਡਾਂਗ ਨਾ ਸੋਟੀ ਨਾ ਚਲੋ ਕੋਈ, ਬਾਈ ਫਿਰ ਠੀਕ ਦਿਖਾਓ ਹੈ। ਵੀ ਕੀ ਸਿਸਟਮ ਹੈ, ਪਹਿਲਾਂ ਥੋੜਾ ਜੁਗਾੜ ਦਿਖਾ ਦਿਓ ਵੀ ਕੋਈ ਤੁਸੀਂ ਪਿੰਜਰਾ ਪੁੰਜਰਾ ਜੁਗਾੜ ਆ ਕਰਿਆ ਦੇਖੋ ਕੀ ਬਾਈ ਹੈ? ਆਹ ਕਮਰਾ ਦੇਖ, ਤੁਸੀਂ ਦੇਖ ਲਓ ਸਾਰੇ ਕਮਰੇ 'ਚ ਕੁਛ ਕੋਈ ਡਾਂਗ ਨਹੀਂ ਕੋਈ ਸੋਟੀ ਅੱਛਾ ਨਹੀਂ, ਠੀਕ ਹੈ ਠੀਕ ਹੈ। ਹੁਣ ਤਾਂ ਆਪਾਂ ਵੀ ਜੁਗਾੜ ਦਿਖਾਉਣੇ ਆ ਆਪਾਂ ਇੱਕ, ਆਹ ਦੇਖੋ ਬਾਈ ਆਹ ਪਹਿਲਾਂ ਤਾਂ ਆਹ ਹਾਂ ਲਾਈਟ ਲੱਗੀ ਹੋਈ ਹੈ ਬਾਈ, ਇੱਧਰ ਦਿਖਾ ਦੇ, ਠੀਕ ਹੈ ਠੀਕ ਹੈ। ਆਹ ਲਾਈਟ ਆਪਾਂ ਇੱਥੋਂ ਬੰਦ ਕਰਤੀ, ਹਾਂ ਠੀਕ ਕਰਤੀ, ਹੈ। ਉਦੋਂ ਬਾਅਦ ਆਪਾਂ ਹੁਣ ਦੇਖੋ ਚਾਨਣ ਹੋ ਨਹੀਂ ਬਾਈ ਗਿਆ। ਹੁਣ ਦਿਖਾਉਣ ਲੱਗਿਆ ਬਾਈ ਵੀ ਕੀ ਸਿਸਟਮ ਹੈ ਉਹ ਜਿਹਦੇ ਨਾਲ ਵੀ ਸੱਪ ਨਹੀਂ ਆਉਂਦਾ ਕਮਰੇ 'ਚ। ਹਾਂ ਬਾਈ, ਆਹ ਦੇਖ ਬਾਈ ਆਹ ਚੀਜ਼ ਨਾਲ ਸੱਪ ਨਹੀਂ ਆਉਂਦਾ ਅੰਦਰ। ਇਹ ਲਾਈਟਾਂ ਹੀ ਇਹ ਨਾਲ ਬਾਈ? ਹਾਂ ਬਾਈ। ਇਹ ਤੋਂ ਮਤਲਬ ਕਿਵੇਂ ਯਾਰ, ਇਹ ਕੋਈ ਤਰੰਗਾਂ ਤਰੁੰਗਾਂ ਛੱਡਦੀਆਂ ਨੇ ਜਾਂ ਕੋਈ ਲਾਈਟ 'ਚ ਫਰਕ ਹੈ, ਕੋਈ ਲਾਈਟ ਮਹਿੰਗੀ ਆਉਂਦੀ ਹੈ ਇਹ? ਨਾ ਬਾਈ, ਕੁਛ ਕੋਈ ਤਰੰਗਾਂ ਬਾਈ ਨਹੀਂ ਆਹ ਆਉਂਦੀ। ਬਾਈ ਕਹਿੰਦਾ ਆਹ ਲਾਈਟਾਂ ਲਾਏ ਨਾਲ ਸੱਪ ਨਹੀਂ ਆਉਂਦਾ ਯਾਰ, ਪਰ ਲੱਗਦਾ ਤਾਂ ਨਹੀਂ ਵੀ ਇਹ ਲਾਈਟਾਂ ਨਾਲ ਕੀ ਸਿਸਟਮ ਹੋਇਆ ਸੱਪ ਦਾ ਬਾਈ। ਬਾਈ ਨਾ, ਇਹ 'ਚ ਚੂਹਾ ਵੀ ਨਹੀਂ ਆਇਆ ਅੱਜ ਤੱਕ। ਲੈ ਪਹਿਲਾਂ ਸਾਡੇ ਲੱਗੀਆਂ ਨਹੀਂ ਸੀ ਇਹ, ਠੀਕ ਹੈ। ਪਹਿਲਾਂ ਚੂਹੇ ਬਹੁਤ ਤੰਗ ਕਰਦੇ ਜੀ ਬੈੱਡ ਨਾ, ਇਹ ਤੇ। ਲਾਈਟ ਬਾਈ ਆਉਂਦੀ ਕਿੱਥੋਂ? ਕੋਈ ਮਹਿੰਗੀ ਲਾਈਟ ਹੈ, ਕੀ ਸਿਸਟਮ ਹੈ ਇਹ? ਨਾ ਬਾਈ, ਇਹ ਤਾਂ ਆਮ ਹੀ ਲਾਈਟ ਆ ਬਸ, ਆਪਾਂ ਜਿਹੜੀ ਅੱਛਾ ਆਪਣੇ ਕੰਸੀਲਡ ਤੁਸੀਂ ਆਉਂਦੀ। ਏਸੀ ਕਮਰੇ 'ਚ ਲਾਇਆ ਇਕੱਲੇ 'ਚ? ਨਾ ਬਾਈ, ਉੱਧਰ ਵੀ ਆ ਜਾਓ, ਆਪਾਂ ਦਿਖਾ ਦਿੰਦੇ ਹਾਂ ਇਹ ਇੱਧਰ। ਵੀ ਦੱਸੋ ਬਾਈ ਯਾਰ ਵੀ ਇਹਦਾ ਕਿਵੇਂ ਸਿਸਟਮ ਹੈ, ਵੀ ਇਹ ਤੋਂ ਕਿਵੇਂ ਸੱਪ ਰੁਕਦਾ? ਆਹ ਦੇਖੋ ਬਾਈ, ਇੱਕ ਆ ਦਿਖ ਆਪਣੇ ਇੱਧਰ, ਆ ਵੀ ਲੱਗੀਆਂ ਹੋਈਆਂ ਦੇਖ। ਅੱਛਾ ਜੀ, ਇਹ ਬਾਈ ਆਪਾਂ ਦੋਨੇ ਸਾਈਡਾਂ ਲਾਈਆਂ ਹੋਈਆਂ ਨੇ, ਮਤਲਬ ਪੇਟੀਆਂ ਪੂਟੀਆਂ ਥੱਲੇ ਆਪਾਂ ਹਾਂ ਵੀ ਉੱਥੇ ਵੀ ਲਾਈਆਂ ਹੋਈਆਂ ਉੱਥੇ ਨੇ ਜਿੱਥੇ ਮਰਜ਼ੀ ਆ ਦਿਖਾਈ ਦੇ ਬਾਈ। ਬੈਡਰੂਮ ਹੁਣ ਹੈ। ਇਹ ਦੱਸ ਸਾਨੂੰ ਯਾਰ ਵੀ, ਬਹਿ ਕੇ ਦੱਸਦੇ ਚੱਲ ਵੀ ਇਹ ਨਾ ਬਾਈ, ਸਕੀਮ ਕਿਵੇਂ ਇਹਦੇ ਨਾਲ ਸੱਪ ਕਿਵੇਂ ਰੁਕਦਾ ਹੈ, ਕੋਈ ਕੀ ਸਿਸਟਮ ਕੀਤਾ ਹੈ ਤੁਸੀਂ ਨੇ? ਬਾਈ ਯਾਰ ਮੇਰੀ ਗੱਲ ਸੁਣ, ਇਹ ਆਪਣੇ ਇੱਕ ਬੰਦੇ ਮਿੱਤਰ ਨੇ ਬਣਾਈ ਹੋਈ ਸੀ ਕੋਠੀ, ਅੱਛਾ ਆਪਾਂ ਦੱਸਦਾ ਲੁਧਿਆਣੇ ਬਣਾਈ ਹੋਈ ਸੀ, ਠੀਕ ਆਪਾਂ ਉੱਥੇ ਦੇਖ ਕੇ ਆਏ ਸੀ। ਉਹ ਅੱਛਾ, ਮੁੰਡਾ ਸਪੈਸ਼ਲ ਬਿਜਲੀ ਦੀ ਕੰਮ ਕਰਦਾ ਸੀ, ਠੀਕ ਹੈ। ਉਹਨੇ ਸਾਨੂੰ ਤਕਨੀਕ ਦੱਸੀ ਸੀ, ਉਹਨੂੰ ਕਿਹਾ ਮਾ ਯਾਰ ਸਾਡੇ ਕੋਈ ਖੇਤ ਆਪਣਾ ਘਰ ਆਪਣਾ ਬਾਹਰੋਂ ਬਾਹਰ ਹੈ, ਅੱਛਾ ਵੀ ਚੂਹੇ ਆ ਸੱਪਾਂ ਨਾ, ਉਹ ਕੀੜੇ ਲਾਈਟ ਨਾਲ ਵੀ ਸੱਪ ਕਿਵੇਂ ਰੁਕਦਾ ਹੈ ਬਾਈ? ਬਈ ਲਾਈਟ ਜਦੋਂ ਉਹ ਕਹਿੰਦਾ ਨਾ, ਜਦੋਂ ਉਹਨਾਂ ਦੇ ਘਰੇ ਵੀ ਬਹੁਤ ਦਿੱਕਤ ਆਉਂਦੀ ਹੁੰਦੀ ਸੀ, ਅੱਛਾ, ਤੇ ਉਹਨਾਂ ਦਾ ਘਰ ਫੈਕਟਰੀਆਂ ਦੇ ਨੇੜੇ ਤੇੜੇ ਸੀ, ਕੋਲੇ ਜੰਗਲ ਜਿਹਾ ਸੀ, ਠੀਕ ਹੈ। ਉਹ ਬੰਦਾ ਦੱਸਦਾ ਸੀ ਯਾਰ, ਕਹਿੰਦਾ ਵੀ ਐਂ ਕਰਕੇ ਵੀ ਸਾਡੇ ਘਰ ਕੀੜੇ ਮਕੌੜੇ ਆ ਜਾਂਦੇ ਨੇ, ਸੱਪ ਵੀ 2-3 ਵਾਰੀ ਮਾਰੇ ਨੇ। ਅੱਛਾ, ਕਹਿੰਦਾ ਜਦੋਂ ਤੋਂ ਮੈਂ ਆਹ ਸਿਸਟਮ ਲਾਇਆ, ਕਹਿੰਦਾ ਠੀਕ ਹੈ, ਲਾਈਟਾਂ ਵਾਲਾ, ਉਦੋਂ ਲਾਈਟਾਂ ਵਾਲਾ ਜਿਹੜਾ, ਕਹਿੰਦਾ ਅੱਜ ਸਾਡੇ ਘਰੇ ਕਹਿੰਦਾ ਸੱਪ ਛੱਡ ਚੂਹਾ ਵੀ ਨਹੀਂ ਆਉਂਦਾ ਯਾਰ। ਅੱਛਾ, ਮਤਲਬ ਕਿ ਵੀ ਇਹਦਾ ਕੋਈ ਸਿਸਟਮ ਤਾਂ ਕੁਛ ਤਾਂ ਹੁੰਦਾ ਹੋਣਾ ਉਹ ਯਾਰ। ਸੱਪ ਪਤਾ ਕੀ, ਭਾਏ ਆਪਾਂ ਮੰਨ ਕੇ ਚੱਲੋ, ਹੁਣ ਆਪਾਂ ਖੇਤਾਂ ਦੇ ਵਿੱਚ ਜਾਂਦੇ ਵੈਸੇ, ਚਲੋ ਇੱਕ ਸਟੋਰੀ ਦੱਸ ਦਿੰਦਾ। ਖੇਤ ਦੇ ਵਿੱਚ ਜਦੋਂ ਸੱਪ ਦੇ ਚਾਓ ਪੈ ਜਾਂਦੇ, ਚਾਨਣ ਪੈ ਜਾਂਦੇ, ਦੇਖ ਸੱਪ ਭੱਜ ਜਾਂਦਾ, ਹਾਂ ਚੂਹੇ ਦੇ ਚਾਨਣ ਪੈ ਜਾਂਦਾ, ਚੂਹਾ ਭੱਜ ਜਾਂਦਾ, ਹਾਂ ਸਹੀ ਗੱਲ, ਠੀਕ ਹੈ ਨਾ। ਆਪਾਂ ਜੋ ਮੋਟਰਸਾਈਕਲ ਦੇ ਸੜਕ ਤੇ ਦੇਖ ਭੱਜ ਜਾਂਦਾ ਚੂਹਾ, ਉਹੀ ਕੰਮ ਇਹ ਹੈ। ਇਹਦਾ ਮਤਲਬ ਇਹ ਵੀ ਐ ਹੈ ਵੀ ਜਿੱਥੇ ਚਾਨਣ ਹੁੰਦਾ ਉੱਥੇ ਸੱਪ ਆਉਂਦਾ ਹੀ ਨਹੀਂ, ਸੱਪ ਆਉਂਦਾ ਹੀ ਨਹੀਂ ਹੈਗਾ। ਹਾਂ ਇਹ ਵੀ ਗੱਲ ਸਹੀ ਹੈ ਵੀ ਚਾਨਣ ਵਾਲੀ ਜਗ੍ਹਾ ਸੱਪ ਰਹਿੰਦਾ ਹੀ ਰਹਿੰਦਾ ਨਹੀਂ ਹੈਗਾ, ਜੇ ਆ ਵੀ ਗਿਆ ਉਹ 2 ਮਿੰਟ ਖੜੂ ਭੱਜ ਜੂਗਾ। ਹਾਂ, ਇੱਕ ਬਾਈ ਇਹਦਾ ਇੱਕ ਫਾਇਦਾ ਹੋਰ ਹੈ ਇਹਦਾ, ਇਸ ਜਿਹੜੇ ਥੱਲੇ ਆਪਾਂ ਲਾਈਟਾਂ ਲਾਈਆਂ, ਲਾਈਟਾਂ ਜਿਹੜੀ ਥੱਲੇ ਲਾਈਆਂ ਆਪਾਂ, ਨਾਲੇ ਤਾਂ ਇੱਕ ਤਾਂ ਸੱਪਾਂ ਦਾ ਫਾਇਦਾ ਹੋ ਗਿਆ, ਇਹਦੇ 'ਚ ਇੱਕ ਇਨਸਾਨ ਨੂੰ ਵੀ ਫਾਇਦਾ। ਅੱਛਾ, ਕਿਵੇਂ? ਉਹ ਇਹ ਫਾਇਦਾ, ਮੰਨ ਕੇ ਚੱਲੋ ਮੈਂ ਆਵਾਂਗੇ, ਚੱਲ ਤੂੰ ਚਾਨਣ 'ਚ ਸੌਣਾ, ਅੱਛਾ ਮੈਂ ਹਨੇਰੇ 'ਚ ਸੌਣਾ, ਠੀਕ ਹੈ ਬਈ ਮੈਂ ਹਨੇਰੇ ਸੌਣਾ, ਠੀਕ ਹੈ। ਇੱਕ ਤਾਂ ਇਹਦਾ ਇੱਕ ਫਾਇਦਾ ਵੀ ਆਪਾਂ ਸੌਣੇ, ਇੱਕ ਆਪਣੀ ਅੱਖਾਂ 'ਚ ਨਹੀਂ ਵੱਜਦੀ, ਹਾਂ ਵੀ ਜਿਵੇਂ ਆਪਾਂ 0 ਬੱਲਬ ਜਾਂ ਲਾ ਲਾਣੇ ਉੱਤੇ, ਉੱਤੇ 0 0 ਵੱਟ ਦਾ ਬੱਲਬ, ਇੱਕ ਆਪਣੇ ਉਹ ਨਹੀਂ ਵੱਜਦੀ ਅੱਖਾਂ 'ਚ। ਇੱਕ ਇਹ ਫਾਇਦਾ ਮੰਨ ਕੇ ਚੱਲ ਮੈਂ ਹਨੇਰੇ 'ਚ ਸੌਣਾ, ਤੂੰ ਚਾਨਣ 'ਚ ਸੌਣਾ, ਇਹ 'ਚ ਦੋਨੇ ਦੋਨੇ ਬੰਦਿਆਂ ਨੂੰ ਫਾਇਦਾ, ਠੀਕ, ਉੱਤੇ ਚਾਨਣ ਵੀ ਰਹੂਗਾ ਉੱਚ ਹਨੇਰਾ ਵੀ ਰਹੂਗਾ। ਜੇ ਤੁਸੀਂ ਬਈ ਸੱਪ ਤੋਂ ਬਚਣਾ ਹੈ ਤਾਂ ਥੱਲੇ ਇੱਕ ਫੋਗ ਲਾਈਟਾਂ ਵਾਲਾ ਸਿਸਟਮ ਹੀ ਹੈ, ਥੱਲੇ ਉਹ ਲਾ ਲਓ ਵੀ ਚਾਨਣ 'ਚ ਸੱਪ ਸੁੱਪ ਕੋਈ ਵੀ ਕੀੜਾ ਮਕੌੜਾ ਵੀ ਆਉਂਦਾ ਨਹੀਂ ਹੈਗਾ, ਇਹ ਚੀਜ਼ ਦਾ ਫਾਇਦਾ ਲੱਗਿਆ ਬਈ। ਤੈਨੂੰ ਫਾਇਦਾ ਹੈਗਾ ਜੀ? ਬਈ ਮੈਨੂੰ ਤਾਂ ਯਾਰ ਇੰਨਾ ਟਾਈਮ, ਮੈਨੂੰ ਸਾਲ ਹੋ ਗਏ ਕੋਠੀ ਪਾਈ, ਠੀਕ ਹੈ। ਆਪਾਂ ਨੂੰ ਤਾਂ ਨਾ ਕਦੇ ਚੂਹੇ ਦੀ ਕੋਈ ਦਿੱਕਤ ਆਈ, ਨਾ ਕਿਸੇ ਕੋਈ ਸੱਪ ਦੀ।
बाकी ठीक है भाई, वीडियो देखने धन्यवाद, वीडियो शेयर कर दियो, ठीक है भाई जी। चंगा भाई, धन्यवाद।